ਕਾਫੀ ਕੇਸਿਸ ਦੇ ਵਿੱਚ ਅਸੀਂ ਪ੍ਰੋਪਰਟੀਜ਼ ਜਿਹੜੀਆਂ ਇਹਨਾਂ ਦੀਆਂ ਫਰੀਜ਼ ਕਰਵਾਈਆਂ ਨੇ। ਇਹ ਤਾਂ ਜਿਹੜਾ ਸਾਥੀ ਹੈ ਕਾਫੀ ਚਿਰ ਤੋਂ ਇਹਦੇ ਨਾਲ ਹੈ ਔਰ ਹਰ ਕੰਮ ਦੇ ਵਿੱਚ ਇਹ ਅੰਮ੍ਰਿਤਸਰ ਦੇ ਏਰੀਏ ਦੇ ਵਿੱਚੋਂ ਅਤੇ ਫਿਰੋਜ਼ਪੁਰ ਦੇ ਏਰੀਏ 'ਚੋਂ ਬਾਰਡਰ ਤੋਂ ਇਹਨਾਂ ਨੂੰ ਕੰਸਾਈਨਮੈਂਟਸ ਜਿਹੜੀਆਂ ਨੇ ਉਹ ਮਿਲਦੀਆਂ ਨੇ। ਪੰਜਾਬ ਸਰਕਾਰ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਲੁਧਿਆਣਾ SDF ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਬਾਰਡਰ ਏਰੀਏ ਤੋਂ ਸਸਤੇ ਭਾਅ ਨਸ਼ਾ ਲਿਆ ਕੇ ਅੱਗੇ ਆਪਣੇ ਗ੍ਰਾਹਕਾਂ ਨੂੰ ਮਹਿੰਗੇ ਭਾਅ ਵੇਚਣ ਵਾਲੇ ਦੋ ਨਸ਼ਾ ਤਸਕਰ ਰੰਗੇ ਹੱਥੀਂ ਕਾਬੂ ਕੀਤੇ ਗਏ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ AIG ਸਨੇਹਦੀਪ ਸ਼ਰਮਾ ਅਤੇ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪੁਲਿਸ ਪਾਰਟੀ ਨਸ਼ਾ ਤਸਕਰਾਂ ਦੀ ਤਲਾਸ਼ੀ ਵਿੱਚ ਨੂਰ ਮਹਿਲ ਜਲੰਧਰ ਪਾਸ ਮੌਜੂਦ ਸੀ ਤਾਂ ਇਸ ਦੌਰਾਨ ਮੁਖਬਰ ਪਾਸ ਉਨ੍ਹਾਂ ਨੂੰ ਇਤਲਾਹ ਮਿਲੀ ਕਿ ਰਕੇਸ਼ ਕੁਮਾਰ ਉਰਫ ਕੈਸਾ, ਜਗਰੂਪ ਸਿੰਘ ਉਰਫ ਰੂਪ, ਜੋ ਪਿਛਲੇ ਲੰਬੇ ਸਮੇਂ ਤੋਂ ਨਸ਼ਾ ਤਸਕਰੀ ਦਾ ਨਜਾਇਜ਼ ਕਾਰੋਬਾਰ ਕਰਦੇ ਆ ਰਹੇ ਹਨ, ਜੋ ਬਾਰਡਰ ਪਾਸ ਤੋਂ ਨਸ਼ਾ ਲਿਆ ਕੇ ਵੇਚਦੇ ਹਨ। ਰਕੇਸ਼ ਕੁਮਾਰ ਉਰਫ ਕੈਸਾ ਇੱਕ ਕ੍ਰਿਮੀਨਲ ਕਿਸਮ ਦਾ ਸ਼ਖਸ ਹੈ ਜਿਸ ਦੇ ਖਿਲਾਫ਼ ਪਹਿਲਾਂ ਵੀ ਨਸ਼ਾ ਤਸਕਰੀ ਅਤੇ ਕਤਲ ਦੇ ਮਾਮਲੇ ਦਰਜ ਹਨ। ਇਹਨਾਂ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਗਿਆ ਜਦੋਂ ਇਹ ਆਪਣੇ ਗ੍ਰਾਹਕ ਨੂੰ ਨਸ਼ੇ ਦੀ ਸਪਲਾਈ ਦੇਣ ਲਈ ਸਵਿਫਟ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ। ਇਹਨਾਂ ਦੀ ਗੱਡੀ ਵਿੱਚੋਂ 5 ਕਿਲੋ ਹੈਰੋਇਨ, ਇੱਕ ਇਲੈਕਟ੍ਰੋਨਿਕ ਕੰਡਾ ਅਤੇ ਕੁਝ ਮੋਮੀ ਲਿਫਾਫੇ ਬਰਾਮਦ ਹੋਏ ਜਿਨ੍ਹਾਂ ਵਿੱਚ ਇਹ ਨਸ਼ਾ ਪਾ ਕੇ ਵੇਚਦੇ ਸਨ। ਫੜੇ ਗਏ ਮੁਜਰਮਾਂ ਨੂੰ ਅਦਾਲਤ ਤੋਂ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਜੋ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਕੇਸ ਦੇ ਵਿੱਚ ਦੋ ਆਦਮੀ ਅਰੈਸਟ ਕੀਤੇ ਜੀ, ਜਿਹ 'ਚ ਟੋਟਲ 5 ਕਿਲੋ ਹੈਰੋਇਨ ਜਿਹੜੀ ਇਹਨਾਂ ਕੋਲ ਰਿਕਵਰ ਕੀਤੀ ਗਈ ਹੈਗੀ। ਇਹ ਨੂਰ ਮਹਿਲ ਦੇ ਏਰੀਏ ਦੇ ਵਿੱਚੋਂ ਇਹਨਾਂ ਨੂੰ ਅਰੈਸਟ ਕੀਤਾ ਗਿਆ ਔਰ ਇਹ ਦੋਨੋਂ ਬਿਲੋਂਗ ਕਰਦੇ ਨੇ ਮਹਿਤਪੁਰ ਥਾਣੇ ਦੇ ਏਰੀਏ ਨੂੰ ਔਰ ਇਹ ਕਾਫੀ ਸਮੇਂ ਤੋਂ ਇਸ ਕੰਮ ਦੇ ਵਿੱਚ ਲੱਗੇ ਹੋਏ ਸੀਗੇ। ਜਿਹੜਾ ਅਕਿਊਜ਼ਡ ਰਕੇਸ਼ ਕੁਮਾਰ ਹੈ, ਇਸਦੇ ਕੋਲੋਂ ਪਹਿਲਾਂ ਵੀ 4 ਕਿਲੋ ਹੈਰੋਇਨ ਰਿਕਵਰ ਕੀਤੀ ਗਈ ਸੀਗੀ ਜਿਸਦੇ ਵਿੱਚ ਇਹ ਬੇਲ 'ਤੇ ਆ ਔਰ 302 ਦੇ ਮਰਡਰ ਦੇ ਕੇਸ ਵਿੱਚ ਵੀ ਅੰਦਰ ਰਿਹਾ ਹੈਗਾ ਔਰ ਇਹ ਕਾਫੀ ਨਟੋਰੀਅਸ ਐਲੀਮੈਂਟ ਹੈ ਦੁਆਬੇ ਏਰੀਏ ਦਾ ਔਰ ਇਹ ਕਾਫੀ ਸਮੇਂ ਤੋਂ ਇਹ ਕੰਮ ਦੇ ਵਿੱਚ ਲੱਗਾ ਹੋਇਆ। ਇਹ ਤਾਂ ਜਿਹੜਾ ਸਾਥੀ ਹੈ ਕਾਫੀ ਚਿਰ ਤੋਂ ਇਹਦੇ ਨਾਲ ਹੈ ਔਰ ਹਰ ਕੰਮ ਦੇ ਵਿੱਚ ਮਾਲ ਡਿਲੀਵਰੀ ਕਰਨ ਦੇ ਵਿੱਚ, ਲਿਆਉਣ ਦੇ ਵਿੱਚ ਇਹਦੇ ਨਾਲ ਹੈ, ਲੇਕਿਨ ਇਹਦਾ ਪੁਰਾਣਾ FIR ਰਜਿਸਟਰ ਅਜੇ ਤੱਕ ਸਾਡੇ ਕੋਲ ਰਿਕਾਰਡ ਨਹੀਂ ਆਇਆ, ਅਸੀਂ ਉਹ ਚੈੱਕ ਕਰ ਰਹੇ ਹਾਂ। ਕਿਹੜੀ ਜਗ੍ਹਾ ਤੋਂ ਲੈ ਕੇ ਆਉਂਦੇ ਨੇ, ਕਿੱਥੇ ਸਪਲਾਈ ਕਰਦੇ ਨੇ, ਕਿਸ ਤਰ੍ਹਾਂ? ਇਹਨਾਂ ਦਾ ਜ਼ਿਆਦਾ ਜਿਹੜਾ ਹੈਗਾ ਪ੍ਰੀਲਿਮਿਨਰੀ ਇਨਵੈਸਟੀਗੇਸ਼ਨ 'ਚ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ, ਇਹ ਅੰਮ੍ਰਿਤਸਰ ਦੇ ਏਰੀਏ ਦੇ ਵਿੱਚੋਂ ਅਤੇ ਫਿਰੋਜ਼ਪੁਰ ਦੇ ਏਰੀਏ 'ਚੋਂ ਬਾਰਡਰ ਤੋਂ ਇਹਨਾਂ ਨੂੰ ਕੰਸਾਈਨਮੈਂਟਸ ਜਿਹੜੀਆਂ ਨੇ ਉਹ ਮਿਲਦੀਆਂ ਨੇ ਜਿਹੜੀਆਂ ਕਿ ਇਹ ਫਰਦਰ ਇੱਥੇ ਡਿਸਟ੍ਰੀਬਿਊਟ ਕਰਦੇ। ਜੀ ਪਾਕਿਸਤਾਨ ਤੋਂ ਹੀ ਇਹਨਾਂ ਦੀ ਜਿਹੜੀ ਕੰਸਾਈਨਮੈਂਟਸ ਹੁੰਦੀਆਂ ਨੇ। ਕੋਈ ਟੈਲੀਫੋਨਿਕਲੀ ਜਾਂ ਕੋਈ ਵਟਸਐਪ ਰਾਹੀਂ ਕੋਈ ਇਦਾਂ ਦਾ? ਉਹ ਅਸੀਂ ਐਨਾਲਾਈਜ਼ ਕਰ ਰਹੇ ਜੀ ਇਹਨਾਂ ਦੇ ਫੋਨ ਕਾਲਸ, ਬਾਕੀ ਡਿਟੇਲਸ ਅਸੀਂ ਐਨਾਲਾਈਜ਼ ਕਰਕੇ ਫਿਰ ਦੱਸਾਂਗੇ। ਕਿੱਥੇ ਸਪਲਾਈ ਕਰਨ ਜਾ ਰਹੇ? ਇਹ ਇਸੇ ਇਲਾਕੇ ਦੇ ਵਿੱਚ ਦੁਆਬੇ ਏਰੀਏ 'ਚ ਜ਼ਿਆਦਾ ਨੇ ਅਤੇ ਉਸ ਤੋਂ ਬਾਅਦ ਲੁਧਿਆਣਾ ਏਰੀਏ 'ਚ ਵੀ ਇਹਨਾਂ ਸਪਲਾਈ ਹੁੰਦੀ ਸੀ। ਇਸ ਕੇਸ ਦੇ ਵਿੱਚ ਇਸ ਕੇਸ 'ਚ ਟੋਟਲ 5 ਕਿਲੋ ਹੋਏ ਜੀ, 5 ਕਿਲੋ ਹੈਰੋਇਨ ਹੋਈ। ਹਾਂ, ਇੱਕ ਸਵਿਫਟ ਕਾਰ ਹੈ ਜਿਹਨਾਂ ਕੋਲ ਜਿਹੜੀ ਬਰਾਮਦ ਹੋਈ ਹੈ ਔਰ ਇਸੇ ਕਾਰ ਨੂੰ ਹੀ ਇਹ ਯੂਜ਼ ਕਰਦੇ ਨੇ। ਨਹੀਂ, ਡਰੱਗ ਮਨੀ ਐਜ਼ ਇਟ ਇਜ਼ ਅਜੇ। ਇਹ ਜਿਹੜਾ ਰਕੇਸ਼ ਕੁਮਾਰ ਹੈ ਜੀ, ਤਾਂ 4-5 ਸਾਲ ਤੋਂ ਕੰਮ ਕਰ ਰਿਹਾ ਜੀ। ਨਹੀਂ, ਅਜੇ ਤੱਕ ਤਾਂ ਨਹੀਂ ਗੱਲ ਸਾਹਮਣੇ ਆਈ ਜੀ, ਬਾਕੀ ਮੈਡੀਕਲ ਦੇ ਵਿੱਚ ਪਤਾ ਲੱਗ ਜਾਏਗਾ। ਹਾਂਜੀ, ਬਿਲਕੁਲ ਜੀ, ਹੋਰ ਸਾਥੀ ਨੈਟਵਰਕ ਹੈਗਾ ਜੀ ਇਹਨਾਂ ਦਾ, ਅਸੀਂ ਕੁਛ ਆਈਡੈਂਟੀਫਾਈ ਕੀਤੇ ਨੇ ਜਿਹੜੇ ਕਿ ਡਿਸਕਲੋਜ਼ ਕਰਨਾ ਇਸ ਵੇਲੇ ਸਹੀ ਨਹੀਂ ਹੋਏਗਾ ਔਰ ਅਸੀਂ ਉਹਨਾਂ 'ਤੇ ਕਾਰਵਾਈ ਕਰ ਰਹੇ ਹਾਂ। ਫਾਰਵਰਡ ਐਂਡ ਬੈਕਵਰਡ ਲਿੰਕੇਜ ਸਾਰੇ ਅਸੀਂ ਟਰੈਕ ਕਰਦੇ ਹਾਂ।
ਸਰ ਕੋਈ ਡਰੱਗ ਮਨੀ ਨੂੰ ਲੈ ਕੇ ਜਿਹੜੀ ਯੂਜ਼ ਕੀਤੀ, ਜਿੱਦਾਂ ਪਿੰਡ ਕੋਈ ਪ੍ਰੋਪਰਟੀ ਵਗੈਰਾ ਬਣਾਈ ਹੈ ਜਿੱਦਾਂ ਪਹਿਲਾਂ ਵੀ, ਕਿਉਂਕਿ ਬਿਲਕੁਲ ਜੀ ਉਹ ਵੀ ਅਸੀਂ ਐਨਾਲਾਈਜ਼ ਕਰਾਂਗੇ ਜਿਸ ਤਰ੍ਹਾਂ ਅਸੀਂ ਪਹਿਲਾਂ ਕੇਸਿਸ ਦੇ ਵਿੱਚ ਕਾਫੀ ਕੇਸਿਸ ਦੇ ਵਿੱਚ ਅਸੀਂ ਪ੍ਰੋਪਰਟੀਜ਼ ਜਿਹੜੀਆਂ ਇਹਨਾਂ ਦੀਆਂ ਫਰੀਜ਼ ਕਰਵਾਈਆਂ ਨੇ, ਔਰ ਇਸੇ ਤਰ੍ਹਾਂ ਇਸ ਕੇਸ ਦੇ ਵਿੱਚ ਵੀ ਅਸੀਂ ਇਹਨਾਂ ਦੀਆਂ ਪ੍ਰੋਪਰਟੀਜ਼ ਦੇ ਬਾਰੇ ਵੇਰੀਫਾਈ ਕਰਾਂਗੇ, ਔਰ ਜਿਹੜੀਆਂ ਪ੍ਰੋਪਰਟੀਜ਼ ਪ੍ਰੋਸੀਡਸ ਆਫ ਕ੍ਰਾਈਮ ਹੋਣਗੀਆਂ ਉਹਨਾਂ ਨੂੰ ਅਸੀਂ ਫਰੀਜ਼ ਕਰਾਵਾਂਗੇ ਜਾਂ ਫੋਰਫਿਟ ਕਰਾਵਾਂਗੇ। ਠੀਕ ਹੈ ਸਰ।